ਸਾਰਿਆਂ ਦਾ ਖੂਨ ਨਿਚੋੜ ਕੇ ਇਹੋ ਜਿਹੀ ਕਿਹਾਂਗਾ ਕਿ ਤੁਹਾਡੀ ਨਸਲ ਵਿੱਚ ਪੈਦਾ ਹੋਣ ਵਾਲਾ ਹੱਕ ਬੋਲਿਆ ਇੱਕੋ ਕੰਮ ਕਰੇ। ਅਸਲਾਮ ਅਲੈਕੁਮ, ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਤੁਹਾਡੀ ਖਿਦਮਤ ਵਿੱਚ ਸੁਲਤਾਨ ਰਾਜ ਦੀ ਫਿਲਮ ਲੈ ਕੇ ਆਏ ਸੁਪਰ ਪਾਵਰ, ਔਰ ਬੜੀ ਸਰਚ ਤੋਂ ਬਾਅਦ ਔਰ ਬੜੀ ਤਲਾਸ਼ ਤੋਂ ਬਾਅਦ ਇਹ ਫਿਲਮ ਸੁਪਰ ਪਾਵਰ ਮੈਂ ਹਾਸਲ ਕੀਤੀ ਹੈ। 22 ਫਰਵਰੀ 1991 ਬਰੋਜ਼ ਜਿੰਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਸੁਪਰ ਪਾਵਰ। ਸੁਪਰ ਪਾਵਰ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਾਜ ਨੇ ਅਦਾ ਕੀਤਾ ਹੈ। ਔਰ ਸਭ ਤੋਂ ਜਿਹੜੀ ਮਜ਼ੇ ਦੀ ਇਸ ਫਿਲਮ ਦੀ ਗੱਲ ਹੈ ਕਿ ਸੁਲਤਾਨ ਰਾਜ ਨੇ ਇਸ ਫਿਲਮ ਵਿੱਚ ਨਿਓਲੇ ਦਾ ਕਿਰਦਾਰ ਅਦਾ ਕੀਤਾ ਹੈ। ਜਿਹੜਾ ਇੱਕ ਨਿਓਲਾ ਹੁੰਦਾ ਹੈ, ਸੁਲਤਾਨ ਰਾਜ ਇੱਕ ਨਿਓਲਾ ਹੁੰਦਾ ਹੈ ਔਰ ਉਹ ਇਨਸਾਨ ਦਾ ਰੂਪ ਧਾਰ ਲੈਂਦਾ ਹੈ। ਅਨਵਰ ਖਾਨ ਨੇ ਇਸ ਫਿਲਮ ਦੇ ਅੰਦਰ ਔਰ ਸਹਿਰ ਨੇ ਇਸ ਫਿਲਮ ਦੇ ਅੰਦਰ ਨਾਗ ਔਰ ਨਾਗਨ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਕਿ ਇਨਸਾਨੀ ਰੂਪ ਧਾਰ ਲੈਂਦੇ ਨੇ। ਔਰ ਇਨਸਾਨੀ ਰੂਪ ਧਾਰਨ ਤੋਂ ਬਾਅਦ ਔਰ ਨਾਗ ਜਿਹੜਾ ਦੇਵਤਾ ਹੁੰਦਾ ਉਸਦੀ ਖਿਦਮਤ ਵਿੱਚ ਪੇਸ਼ ਹੁੰਦੇ ਨੇ ਔਰ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਇਨਸਾਨੀ ਰੂਪ ਧਾਰ ਲਿੱਤਾ ਹੈ। ਪਰ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਕਿ ਤੁਹਾਡਾ ਮਿਲਾਪ ਉਸ ਵਕਤ ਤੱਕ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਵਿਜੇ ਔਰ ਜਿਹੜੀ ਰੂਪਾ ਆਉਂਦੀ ਹੈ, ਵਿਜੇ ਅਨਵਰ ਖਾਨ ਅਤੇ ਰੂਪਾ ਸਹਿਰ ਜਿਹੜੇ ਆਉਂਦੇ ਨੇ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰਦੇ ਨੇ। ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਕਿ ਉਹਨਾਂ ਨੇ ਬਹੁਤ ਸਾਰੇ ਇਨਸਾਨਾਂ ਨੂੰ ਦੱਸਣਾ ਹੈ ਔਰ ਉਹ ਟਾਰਗੇਟ ਲੈ ਕੇ ਉੱਥੋਂ ਨਿਕਲਦੇ ਨੇ ਔਰ ਜਾਗੀਰ ਵਿੱਚ ਫੈਲ ਜਾਂਦੇ ਨੇ ਔਰ ਜਾਗੀਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਹ ਡੰਗ ਮਾਰਦੇ ਨੇ, ਬਹੁਤ ਸਾਰੇ ਲੋਕਾਂ ਨੂੰ ਡੱਸ ਲੈਂਦੇ ਨੇ ਔਰ ਪੂਰੀ ਜਾਗੀਰ ਦੇ ਅੰਦਰ ਸ਼ੋਰ ਪੈ ਜਾਂਦਾ ਔਰ ਜਿਹੜਾ ਜਾਗੀਰਦਾਰ ਹੁੰਦਾ ਉਸ ਜਾਗੀਰ ਦਾ ਉਹ ਵੀ ਪਰੇਸ਼ਾਨ ਹੁੰਦਾ ਔਰ ਇਸ ਵਾਸਤੇ ਉਹ ਕਾਲੂ ਸਪੇਰੇ ਦੀ ਖਿਦਮਤ ਹਾਸਲ ਕਰਦੇ ਨੇ। ਕਾਲੂ ਸਪੇਰੇ ਦਾ ਜਿਹੜਾ ਕਿਰਦਾਰ ਹੈ ਉਹ ਅਦਾਕਾਰ ਅਮਾਈਓ ਕ੍ਰੇਸ਼ੀ ਨੇ ਅਦਾ ਕੀਤਾ। ਕਾਲੂ ਸਪੇਰੇ ਦੀ ਇਹ ਡਿਊਟੀ ਹੁੰਦੀ ਹੈ ਕਿ ਉਸਨੇ ਸਾਰੇ ਨਾਗਾਂ ਨੂੰ ਪਕੜਨਾ ਹੈ ਔਰ ਉਹ ਬਹੁਤ ਸਾਰੀ ਦੌਲਤ ਕਾਲੂ ਸਪੇਰੇ ਦੇ ਹਵਾਲੇ ਕੀਤੀ ਜਾਂਦੀ ਹੈ ਔਰ ਤਾਂ ਕਿ ਉਹ ਨਾਗਾਂ ਨੂੰ ਪਕੜ ਸਕੇ। ਓਏ ਜ਼ਾਤ ਤੇ ਤੇਰੀ ਪਹਿਲੇ ਬਰਸਾਤ ਸੀ, ਰੱਬ ਤੈਨੂੰ ਸਮਝ ਵੇਖ ਕੇ ਪਤਾ ਲੱਗਾ ਕਿ ਤੂੰ ਇਨਸਾਨ ਦੀ ਜਾਨ ਦੇ ਨਹੀਂ। ਕਾਲੂ ਸਪੇਰਾ ਬਹੁਤ ਸਾਰੇ ਨਾਗਾਂ ਨੂੰ ਪਕੜ ਲੈਂਦਾ ਹੈ। ਕਾਲੂ ਸਪੇਰਾ ਜਿਹੜਾ ਹੁੰਦਾ ਹੈ ਉਹ ਰੂਪਾ ਤੇ ਵਿਜੇ ਦੀ ਤਲਾਸ਼ 'ਚ ਹੁੰਦਾ ਹੈ। ਜਾਗੀਰਦਾਰ ਦੀ ਧੀ ਜਿਹੜੀ ਹੁੰਦੀ ਸਪਨਾ ਸ਼ੈਲਾ, ਉਹ ਜਾਗੀਰ ਦੀ ਸੈਰ ਵਾਸਤੇ ਨਿਕਲਦੀ ਹੈ ਤੇ ਰਾਹ 'ਚ ਉਹਦੇ ਜਿਹੜਾ ਨਾ ਰੂਪਾ ਆ ਜਾਂਦੀ ਹੈ। ਉਹ ਰੂਪਾ ਨੂੰ ਕਤਲ ਕਰ ਦਿੰਦੀ ਹੈ ਔਰ ਜਦੋਂ ਰੂਪਾ ਨੂੰ ਕਤਲ ਕਰਦੀ ਹੈ ਤੇ ਉਹਦਾ ਜਿਹੜਾ ਘੋੜਾ ਹੁੰਦਾ ਉਹ ਵਿਦਕ ਜਾਂਦਾ ਔਰ ਵਿਦਕ ਕੇ ਨਸ ਜਾਂਦਾ। ਜਦੋਂ ਰੂਪਾ ਕਤਲ ਹੋ ਜਾਂਦੀ ਹੈ, ਜਿਹੜਾ ਵਿਜੇ ਹੁੰਦਾ ਉਹ ਚੁੱਕ ਕੇ ਉਹਦੀ ਲਾਸ਼ ਨਾਗ ਦੇਵਤਾ ਦੇ ਕਦਮਾਂ 'ਚ ਸੁੱਟਦਾ। ਨਾਗ ਦੇਵਤਾ ਉਹਨੂੰ ਕਹਿੰਦਾ ਕਿ ਜਿਸ ਕੁੜੀ ਨੇ ਇਹਨੂੰ ਹਲਾਕ ਕੀਤਾ ਅਗਰ ਤੂੰ ਉਹਨੂੰ ਡੱਸ ਲੈ, ਉਹ ਜਿਹੜੀ ਕੁੜੀ ਹੈ ਉਹ ਰੂਪਾ ਬਣ ਜਾਏਗੀ ਔਰ ਇਸ ਤਰ੍ਹਾਂ ਤੈਨੂੰ ਤੇਰਾ ਪਿਆਰ ਮਿਲ ਜਾਏਗਾ। ਜਿਹੜਾ ਵਿਜੇ ਹੁੰਦਾ ਉਹ ਸਪਨਾ ਦੀ ਤਲਾਸ਼ ਹੀ ਨਿਕਲਦਾ। ਇਹ ਤਾਂ ਖੁਦਾ ਦਾ ਕਰਨਾ ਹੁੰਦਾ ਕਿ ਸੁਲਤਾਨ ਰਾਜ ਜਿਹੜਾ ਹੁੰਦਾ ਇੱਕ ਨਿਵਲਾ ਹੁੰਦਾ ਔਰ ਉਹਦਾ ਔਰ ਆਪਸ ਵਿੱਚ ਵਿਜੇ ਦਾ ਟਕਰਾਅ ਹੋ ਜਾਂਦਾ। ਨਿਵਲਾ ਜਿਹੜਾ ਹੁੰਦਾ ਖੁਦਾ ਕੋਲ ਦੁਆ ਕਰਦਾ ਔਰ ਉਹ ਇਨਸਾਨ ਬਣ ਜਾਂਦਾ। ਉਹ ਖੁਦਾ ਕੋਲ ਕਹਿੰਦਾ ਕਿ ਮੈਨੂੰ ਸੁਪਰ ਪਾਵਰ ਬਣਾ ਦੇ ਤਾਂ ਕਿ ਮੈਂ ਦੁਖੀ ਇਨਸਾਨੀਅਤ ਜਾਂ ਜਿਹਨਾਂ ਲੋਕਾਂ ਨੂੰ ਮੇਰੀ ਮਦਦ ਦੀ ਜ਼ਰੂਰਤ ਹੁੰਦੀ ਹੈ ਮੈਂ ਉਹਨਾਂ ਦੀ ਖਿਦਮਤ ਕਰ ਸਕਾਂ। ਸਪਨਾ ਜਿਹੜੀ ਆਉਂਦੀ ਹੈ, ਇਹਦੂ ਜਿਹੜੀ ਸਪਨਾ ਆਉਂਦੀ ਹੈ ਉਹ ਆਬਦ ਕਸ਼ਮੀਰੀ ਭੋਲੇ ਨੂੰ ਮਿਲ ਜਾਂਦੀ ਹੈ। ਭੋਲਾ ਇੱਕ ਭੋਲਾ ਭਾਲਾ ਇਨਸਾਨ ਆਉਂਦਾ ਔਰ ਇਸ ਕਿਰਦਾਰ ਅਦਾਕਾਰ ਆਬਦ ਕਸ਼ਮੀਰੀ ਨੇ ਅਦਾ ਕੀਤਾ। ਸੀਮਾ ਬੇਗਮ ਨੇ ਇਸ ਫਿਲਮ ਦੇ ਅੰਦਰ ਭੋਲੇ ਦੀ ਮਾਂ ਦਾ ਕਿਰਦਾਰ ਅਦਾ ਕੀਤਾ। ਭੋਲਾ ਅਤੇ ਜਿਹੜੀ ਆਉਂਦੀ ਹੈ ਸ਼ੈਲਾ ਸਪਨਾ,
ਉਹ ਆਪਸ ਹੀ ਇੱਕ ਦੂਜੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹਨਾਂ ਦੀ ਮੁਹੱਬਤ ਦੀ ਕਹਾਣੀ ਚੜ੍ਹਦੀ ਹੈ, ਇਹਨਾਂ ਦਾ ਵਿਆਹ ਹੋ ਜਾਂਦਾ। ਇਧਰੋਂ ਜਿਹੜਾ ਵਿਜੇ ਹੁੰਦਾ ਉਹ ਸਵਾਗਰਾਤ ਵਾਲੇ ਦਿਨ ਉਹਦੇ ਕਮਰੇ ਜਾਂਦਾ ਔਰ ਉਹਨੂੰ ਡੱਸਣ ਦੀ ਕੋਸ਼ਿਸ਼ ਕਰਦਾ, ਲੇਕਿਨ ਸੁਪਰ ਪਾਵਰ ਸੁਲਤਾਨ ਰਾਈ ਆ ਜਾਂਦਾ, ਉਹਨੂੰ ਮਾਰਦਾ ਔਰ ਮਾਰ ਕੇ ਉਹਨੂੰ ਨਸਾ ਦਿੰਦਾ। ਸੀਮਾ ਬੇਗਮ ਅਤੇ ਪੋਲਾ ਉਹਦਾ ਸ਼ੁਕਰੀਆ ਅਦਾ ਕਰਦੇ ਹਨ, ਪਰ ਉਹ ਕਹਿੰਦਾ ਕਿ ਜਦੋਂ ਤੁਹਾਨੂੰ ਮੇਰੀ ਮਦਦ ਦੀ ਜ਼ਰੂਰਤ ਹੋਈ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗਾ। ਇਧਰੋਂ ਕਾਲੂ ਸਪੇਰਾ ਜਿਹੜਾ ਆਉਂਦਾ ਉਹ ਮੁਸਲਸਲ ਵਿਜੇ ਦੇ ਪਿੱਛੇ ਆਉਂਦਾ ਔਰ ਵਿਜੇ ਦੀ ਤਲਾਸ਼ ਵਿੱਚ ਆਉਂਦਾ। ਔਰ ਜਿਹੜਾ ਵਿਜੇ ਹੁੰਦਾ, ਵਿਜੇ ਜਿਹੜਾ ਆਉਂਦਾ ਉਹ ਸਪਨਾ ਸ਼ੈਲਾ ਦੀ ਤਲਾਸ਼ ਹੀ ਆਉਂਦਾ, ਉਹਨੂੰ ਡੰਗ ਮਾਰਨਾ ਚਾਹੁੰਦਾ। ਖੁਦਾ ਨਾ ਕਰਨਾ ਐਸਾ ਹੁੰਦਾ ਕਿ ਸ਼ੈਲਾ ਨੂੰ ਇੱਕ ਚੋਟ ਲੱਗਦੀ ਹੈ, ਇਸ ਚੋਟ ਦੇ ਦੌਰਾਨ ਉਹਨੂੰ ਹੋਸ਼ ਆ ਜਾਂਦਾ, ਉਹਦੀ ਯਾਦਾਸ਼ ਵਾਪਸ ਆ ਜਾਂਦੀ ਹੈ, ਉਹ ਘਰ ਆ ਜਾਂਦੀ ਹੈ ਔਰ ਘਰ ਆ ਕੇ ਆਪਣੇ ਪਿਓ ਨੂੰ ਮਿਲਦੀ ਹੈ ਔਰ ਪਿਓ ਜਿਹੜਾ ਬੜਾ ਖੁਸ਼ ਹੁੰਦਾ ਔਰ ਇਸ ਤਰ੍ਹਾਂ ਦੁਬਾਰਾ ਉਹ ਜਦੋਂ ਜੰਗਲ ਹੀ ਜਾਂਦੀ ਹੈ ਔਰ ਜੰਗਲ ਹੀ ਜਾ ਕੇ ਉਹ ਬੇਹੋਸ਼ ਹੋ ਜਾਂਦੀ ਹੈ। ਬੇਹੋਸ਼ ਹੋ ਕੇ ਜਦੋਂ ਉਹਨੂੰ ਕੱਢ ਚੁੱਕ ਕੇ ਲਿਆਉਂਦੇ ਹਨ ਅਤੇ ਉਹਦੇ ਪਿਓ ਨੂੰ ਪਤਾ ਚੱਲ ਗਿਆ ਹੈ ਕਿ ਇਹਦੀ ਜਿਹੜੀ ਧੀ ਹੈ ਉਹ ਮਾਂ ਬਣਨ ਵਾਲੀ ਹੈ, ਉਹ ਸ਼ੋਰ ਮਚਾ ਦਿੰਦਾ ਕਿਉਂਕਿ ਉਸਨੂੰ ਪਤਾ ਨਹੀਂ ਹੁੰਦਾ ਕਿ ਇਹ ਜਿਹੜੀ ਉਹਦੀ ਧੀ ਉਹ ਸ਼ਾਦੀਸ਼ੁਦਾ ਔਰ ਭੋਲੇ ਦੀ ਬੀਵੀ ਹੈ। ਇੱਧਰ ਜਿਹੜਾ ਭੋਲਾ ਹੁੰਦਾ ਉਹ ਸ਼ੈਲਾ ਦੀ ਤਲਾਸ਼ ਹੀ 'ਚ ਹੁੰਦਾ ਔਰ ਸ਼ੈਲਾ ਨੂੰ ਮਿਲਦਾ, ਲੇਕਿਨ ਸ਼ੈਲਾ ਨੂੰ ਪਛਾਣਨੇ ਤੋਂ ਇਨਕਾਰ ਕਰ ਦਿੰਦਾ। ਇਸ ਤਰ੍ਹਾਂ ਜਿਹੜਾ ਵਿਜੇ ਹੁੰਦਾ ਮੁਸਲਸਲ ਜਿਹੜਾ ਨਾ ਉਹਦੀ ਤਲਾਸ਼ ਹੀ ਹੁੰਦਾ, ਇੱਕ ਦਿਨ ਉਹਨੂੰ ਬੇਹੋਸ਼ ਕਰਕੇ ਉਹਨੂੰ ਚੁੱਕ ਕੇ ਲੈ ਜਾਂਦਾ, ਉਹਨੂੰ ਡੰਗ ਮਾਰ ਦਿੰਦਾ। ਪਰ ਉਹ ਰੂਪ ਤੇ ਰੂਪਾ ਦਾ ਅਸਲ ਕਰ ਲੈਂਦਾ, ਲੇਕਿਨ ਸਪਨਾ ਸ਼ੈਲਾ ਦਾ ਜਿਹੜਾ ਦਿਮਾਗ ਹੁੰਦਾ ਉਹੀ ਹੁੰਦਾ। ਉਹ ਨਾਗ ਦੇਵਤਾ ਨੂੰ ਮਿਹਨਤ ਕਰਦਾ ਕਿ ਇਹਨੂੰ ਜਿਹੜਾ ਨਾ ਰੂਪ ਦਿੱਤਾ ਜਾਏ। ਖੈਰ ਸੁਪਰ ਪਾਵਰ ਆ ਜਾਂਦਾ ਔਰ ਸੁਪਰ ਪਾਵਰ ਆ ਕੇ ਸਾਰਿਆਂ ਨੂੰ ਮਾਰ ਦਿੰਦਾ ਔਰ ਇਸ ਤਰ੍ਹਾਂ ਜਿਹੜਾ ਨਾ ਆਪਸ ਹੀ ਸਾਰੇ ਮਿਲ ਜਾਂਦੇ ਨੇ ਔਰ ਜਿਹੜਾ ਸੁਪਰ ਪਾਵਰ ਹੁੰਦਾ ਉਹ ਦੁਬਾਰਾ ਜਿਹੜਾ ਨਾ ਨਿਓਲਾ ਬਣ ਜਾਂਦਾ। ਬੜੀ ਜ਼ਬਰਦਸਤ ਫਿਲਮ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ ਔਰ ਇਹ ਫਲਾਪ ਫਿਲਮ ਸੀ ਕਿਉਂਕਿ ਇਸਦੀ ਕਹਾਣੀ ਬੜੀ ਅਜੀਬ ਕਿਸਮ ਦੀ ਸੀ ਜਿਹੜੀ ਕਿ ਕਿਸੇ ਨੂੰ ਸਮਝ ਹੀ ਨਹੀਂ ਆਏ। ਇਸ ਤਰ੍ਹਾਂ ਇਹ ਫਿਲਮ ਫਲਾਪ ਹੋ ਗਈ ਔਰ ਸੁਲਤਾਨ ਰਾਈ ਨੂੰ ਲੋਕਾਂ ਨੇ ਨਿਓਲੇ ਦੇ ਰੂਪ ਵਿੱਚ ਕਬੂਲ ਨਹੀਂ ਕੀਤਾ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।